sambal pada. ਬੀਤੇ ਦਿਨੀ ਤਰਨ ਤਾਰਨ ਕਸਬਾ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਹਾਦਸੇ ਵਿੱਚ ਦੋ ਨੌਜਵਾਨਾਂ ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ 9 ਦੇ ਕਰੀਬ ਗੰਭੀਰ ਜ਼ਖਮੀ ਹੋਏ ਸੀ, ਜਿਨ੍ਹਾਂ ਦੀ ਅੰਤਿਮ ਦੇਹ ਪਿੰਡ ਪਹੁਵਿੰਡ ਵਿਖੇ ਲਿਆਂਦੀ ਗਈ, ਜਿੱਥੇ ਨਮਕ ਖਾਣਾ ਦੋਨਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਪਿੰਡ ਪਹੁਵਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਹਾਦਸੇ ਵਿੱਚ ਮਾਰੇ ਗਏ ਦੋਨੋਂ ਹੀ ਨੌਜਵਾਨ ਆਪਣੇ ਮਾਪਿਆਂ ਦੇ ਇਕੱਲੇ ਪੁੱਤ ਸਨ। ਇਸ ਮੌਕੇ ਨਗਰ ਕੀਰਤਨ ਵਿੱਚ ਮੌਕੇ 'ਤੇ ਚਸ਼ਮਦੀਦਾਂ ਦਾ ਕਹਿਣਾ ਕਿ ਬਲਾਸਟ ਐਡਾ ਜ਼ਬਰਦਸਤ ਹੋਇਆ ਸੀ ਕਿ ਕਈ ਚਿਰ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕੀ ਹੋਇਆ। ਜਦ ਪਤਾ ਚੱਲਿਆ ਤਾਂ ਦੇਖਿਆ ਕਿ ਚਾਰੇ ਬੰਨੇ ਹਾਹਾਕਾਰ ਮੱਚੀ ਹੋਈ ਸੀ ਅਤੇ ਨੌਜਵਾਨਾਂ ਦੇ ਚਿੱਥੜੇ ਉੱਡ ਚੁੱਕੇ ਸਨ, ਜਿਨ੍ਹਾਂ ਵਿੱਚੋਂ 9 ਦੇ ਕਰੀਬ ਨੌਜਵਾਨ ਜਿਹੜੇ ਗੰਭੀਰ ਜ਼ਖਮੀ ਹੋ ਗਏ ਸੀ। ਭਾਈ ਤੁਹਾਡਾ ਜਸਵੀਰ ਸਿੰਘ, ਤੁਸੀਂ ਕੱਲ੍ਹ ਮੌਕੇ 'ਤੇ ਸੀ ਜਿਹੜਾ ਨਗਰ ਕੀਰਤਨ ਜਾ ਰਿਹਾ ਸੀ? ਹਾਂਜੀ ਮੌਕੇ 'ਤੇ। ਕੀ ਗੱਲ ਬਣੀ ਹੈ ਜੀ? ਗੱਲ ਜੀ ਇਸ ਤਰ੍ਹਾਂ ਅੱਗੇ ਵੀ ਮੁੰਡੇ ਝਾੜੂ ਮਾਰਦੇ, ਸੇਵਾ ਕਰਦੇ ਸੀ, ਇੱਕ ਪਾਣੀ ਵਾਲੀ ਟੈਂਕੀ ਟਰੈਕਟਰ ਸੀ ਅਤੇ ਇੱਕ ਅਗਲੇ ਬੰਨੇ ਮੁੰਡੇ ਵੀ ਭਾਈਆਂ ਵੀ ਚਲਾਉਂਦੇ ਸੀ। ਹਾਂਜੀ ਪਟਾਕੇ ਪਟੂਕੇ ਸੀ, ਉਹ ਨਿੱਕੀ ਟਰਾਲੀ 'ਚ ਰੱਖੇ ਸੀ, ਉਹ ਹਵਾਈ ਜੋ ਚਲਾਈ ਤਾਂ ਉਸ ਤੋਂ ਆ ਕੇ ਵਿੱਚ ਡਿੱਗੀ ਆ, ਉਹਦੇ ਨਾਲ ਜਿਹੜੇ ਨਿੱਕੇ ਪਟਾਕੇ ਪਟੂਕੇ ਸੀ ਉਹਦੇ ਨਾਲ ਬਲਾਸਟ ਹੋਇਆ। ਕਿੰਨਾ ਕੁ ਨੁਕਸਾਨ, ਕਿੰਨੇ ਕੁ ਬੱਚੇ ਜਿਹੜੇ ਜ਼ਖਮੀ ਹੋਏ ਅਤੇ ਕਿੰਨੇ ਦੀ ਜਿਹੜੀ ਡੈਥ ਹੋਈ ਹੈ? ਕੋਈ ਦੋਵਾਂ ਦੀ ਡੈਥ ਹੋ ਗਈ ਹੈ ਜੀ, 10-12 ਜ਼ਖਮੀ, 12 ਜ਼ਖਮੀ ਹੋਏ ਨੇ। ਹਾਂਜੀ। ਕੋਈ ਹੁਣ ਕਿੱਥੇ ਦਾਖਲ ਨੇ? ਤਰਨ ਤਾਰਨ ਜੀ, ਗੁਰੂ ਨਾਨਕ। ਅਤੇ ਜਿਹੜੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੀ ਆ ਗਈਆਂ ਡੈਡ ਬੋਡੀਆਂ? ਨਹੀਂ ਜੀ, ਅਜੇ ਨਹੀਂ ਆਈਆਂ, ਆਉਣ ਵਾਲੀਆਂ। ਕੀ ਜਵਾਬਦਾ ਤੁਹਾਨੂੰ, ਇੱਕ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਜਾਂ ਕਿ ਪ੍ਰਬੰਧਕਾਂ ਦੀ ਜੀ? ਕੁਛ ਨਹੀਂ ਜੀ, ਲਾਪਰਵਾਹੀ ਕੋਈ ਨਹੀਂ ਜੀ, ਇਹ ਤਾਂ ਮਹਾਰਾਜ ਦਾ ਸਤਿਕਾਰ ਵਾਸਤੇ ਵੀ ਚਲਾਈਆਂ ਜਾਂਦੀਆਂ ਜੀ, ਕੁਦਰਤ ਵੱਲੋਂ ਕ੍ਰਿਸ਼ਮਾ ਵਰਤਿਆ। ਕੀ ਨਾਮ ਭਾਈ ਤੁਹਾਡੇ? ਹਰਜਿੰਦਰ ਸਿੰਘ ਜੀ। ਤੁਸੀਂ ਮੌਕੇ 'ਤੇ ਸੀ ਜਦੋਂ ਇਹ ਜਿਹੜਾ ਬਲਾਸਟ ਹੋਇਆ? ਹਾਂਜੀ, ਅਸੀਂ ਨਾ ਪਾਲਕੀ ਸਾਹਿਬ ਦੇ ਨਾਲ ਸੀ ਖੜ੍ਹੇ ਜਦੋਂ ਬਲਾਸਟ ਹੋਇਆ, ਅੱਗੇ ਅਸੀਂ ਦੇਖਿਆ, ਅਸੀਂ ਤਾਂ ਕਿਹਾ ਵੀ ਪਾਣੀ ਵਾਲਾ ਟੈਂਕਰ ਆ, ਸ਼ਾਇਦ ਹੋ ਸਕਦਾ ਉਹਦਾ ਟਾਇਰ ਪਾਟਾ ਹੋਇਆ ਅਤੇ ਮੁੰਡਿਆਂ ਨੇ ਛਾਲਾਂ ਮਾਰੀਆਂ ਉੱਪਰ। ਉਹ ਬਾਅਦ ਦੇ ਵਿੱਚ ਫਿਰ ਕੁਛ ਸਿੰਘ ਆਏ, ਪਤਾ ਲੱਗਾ ਵੀ ਇਹ ਬਲਾਸਟ ਹੋਇਆ, ਅਸਤਬਾਜੀ ਪਈ ਸੀ, ਹਵਾਈ ਚੱਲੀ ਆ ਅਤੇ ਉਹੀ ਆ ਕੇ ਡਿੱਗ ਪਈ ਆ ਨੀਚੇ ਅਸਤਬਾਜੀ 'ਤੇ, ਉਹੀ ਮੁੜ ਕੇ ਵਿੱਚ ਬਲਾਸਟ ਹੋਇਆ ਅਤੇ ਉਹ ਮੁੰਡੇ ਜਿਹੜੇ ਸੀ ਉਹ ਕੁਝ ਫੱਟੜ ਹੋ ਗਏ ਆ, ਦੋ ਜਿਹੜੇ ਸਿੰਘ ਸੀ ਉਹ ਮਾਰੇ ਗਏ ਥਾਂ। ਕਿੱਡਾ ਕੁ ਜ਼ਬਰਦਸਤੀ ਹੈ ਜਿਹਦਾ ਧਮਾਕਾ? ਤਾਂ ਦੇਖੋ ਜ਼ਬਰਦਸਤੀ ਹੋਇਆ ਜੀ, ਥੋੜ੍ਹਾ ਕੁ ਸਾਨੂੰ ਪੂਰਾ ਖੜਕਾ ਆਉਣ ਲੱਗਾ ਵੀ, ਬਲਕਿ ਇੰਨਾ ਖੜਕਾ ਟਾਇਰ ਪਾਟੇ ਦਾ ਵੀ ਨਹੀਂ ਹੁੰਦਾ, ਖੜਕਾ ਤਾਂ ਪੂਰਾ ਹੋਇਆ। ਕੀ ਨਾਮ ਭਾਈ ਤੁਹਾਡਾ? ਮੇਰਾ ਨਾਮ ਬਲਰਾਜ ਸਿੰਘ। ਕੀ ਨਾਂ ਸੀ ਬੱਚੇ ਦਾ ਅਤੇ ਕਿੰਨੀ ਉਮਰ ਸੀ? ਬੱਚੇ ਦਾ ਨਾਂ ਗੁਰਪ੍ਰੀਤ ਸਿੰਘ, ਉਮਰ 13 ਸਾਲ ਦੇ ਲੱਗ। ਕੀ ਕਾਰਨ ਬਣਿਆ ਜਿਹੜਾ? ਕਾਰਨ ਇਹ, ਕੱਲ੍ਹ ਜਲੂਸ ਦੇ ਵਿੱਚ ਹੀ ਗਏ, ਕੱਲ੍ਹ ਉੱਥੇ ਨਗਰ ਕੀਰਤਨ ਦੇ ਵਿੱਚ ਉੱਥੇ ਕੋਈ ਭਾਣਾ ਵਰਤਿਆ, ਬੱਚੇ ਆਪਸ ਵਿੱਚ ਪਟਾਕੇ ਬੰਬ ਚੜਾਉਂਦੇ। ਕੋਈ ਹੋਰ ਵੀ ਸਮੱਗਰੀ ਸੀ ਇਹਦੇ ਵਿੱਚ ਪਟਾਕਿਆਂ ਦਾ? ਹੋਰ ਤਾਂ ਨਹੀਂ ਜੀ, ਆਪਾਂ ਨੂੰ ਪਤਾ ਨਾ, ਆਪਾਂ ਨਾਲ ਜੇ ਅਤੇ ਪਟਾਕਿਆਂ ਤੋਂ ਰੋਕਿਆ ਨਹੀਂ ਗਿਆ ਇਹਨਾਂ ਬੱਚਿਆਂ ਨੂੰ ਜਿਹੜਾ ਐਡੀ ਵੱਡਾ ਹੋਣਗੇ ਜੀ? ਬੱਚੇ ਤੁਹਾਨੂੰ ਪਤਾ ਅੱਜ ਕੱਲ੍ਹ ਕੌਣ ਰੋਕਦਾ, ਅਤੇ ਹੁਣ ਬੱਚੇ ਕਿੱਥੇ ਆ ਰਹੇ ਉਹਦੀ ਡੈਡ ਬੋਡੀ? ਹਾਂਜੀ ਆ ਰਹੇ। ਕੰਬਲ ਪਾ ਰਾਤ
ਕਿੰਨੇ ਕੁ ਵਜੇ ਇੱਥੋਂ ਜਦੋਂ ਨਿਕਲੀ ਪਾਲਕੀ ਸਾਹਿਬ ਕਿੰਨੇ ਵਜੇ ਦੇ ਟਾਈਮ? ਸਾਢੇ 10 ਵਜੇ ਗੁਰਦੁਆਰਾ ਸਾਹਿਬ ਤੋਂ ਚਲੇ ਗਏ ਜੀ। ਕਿੱਥੇ ਵਾਪਰੀ ਘਟਨਾ ਜੀ? ਇਹ ਜੀ ਡਾਲੇ ਗਿਆ ਤੋਂ ਥੋੜ੍ਹਾ ਜਿਹਾ ਪਿੱਛੇ ਗੁਰਦੁਆਰਾ ਇੱਕ ਮੋੜ ਤੇ, ਜਿਹੜਾ ਜੀਓ ਵਾਲੇ ਨੂੰ ਮੋੜ ਮੁੜਦਾ ਗੁਰਦੁਆਰਾ ਸਾਹਿਬ ਦੇ ਕੋਲ, ਥੋੜ੍ਹਾ ਜਿਹਾ 2 ਮਿੰਟ ਦੀ ਬ੍ਰੇਕ ਸੀ, ਉਹਨੇ ਜੇ ਪਟਾਕੇ ਚਲਾਏ ਕਿਤੇ ਉੱਥੇ ਹਾਦਸਾ ਹੋ ਗਿਆ। ਕੀ ਕਾਰਨ ਕੀ ਬਣਿਆ ਹਾਦਸੇ ਦਾ? ਵਾਹਿਗੁਰੂ ਜੀ, ਅਸੀਂ ਅੱਖੀ ਨਹੀਂ ਵੇਖਿਆ, ਮਤਲਬ ਸਮਾਂ ਹੀ ਨਹੀਂ ਕਿਸੇ ਨੂੰ ਮਿਲਿਆ ਕਿ ਇੰਨਾ ਜ਼ਬਰਦਸਤ ਧਮਾਕਾ ਹੋਇਆ ਵਾ ਕਿ ਟਰਾਲੀ ਲੋਹੇ ਦੀ ਵੇਖੋ ਜਿਹੜੀ ਐਡੀ ਜ਼ਬਰਦਸਤੀ ਉਹ ਪਾੜ ਦਿੱਤੀ। ਕਿੰਨੇ ਬੱਚੇ ਸਵਾਰ ਸੀ ਕੋਈ ਹੈ? ਤਕਰੀਬਨ 11 ਦੇ ਕਰੀਬ ਸੀ। ਦੂਜੇ ਬੱਚਿਆਂ ਦਾ ਕੀ ਹਾਲ? ਇੱਕ ਦੋ ਦੀ ਗੰਭੀਰ ਹਾਲਤ, ਕੁਝ ਠੀਕ ਨੇ, ਅਤੇ ਇਹ ਮੇਰਾ ਬੇਟਾ ਤਾਂ ਉੱਥੇ ਮੌਕੇ 'ਤੇ ਡੈਡ ਹੋ ਗਿਆ ਨਾ, ਇਹ ਤਾਂ ਮਤਲਬ ਇਹਦੇ ਅੰਗ ਹੀ ਇੰਨੀ ਦੂਰ ਜਾ ਕੇ ਡਿੱਗੇ ਆ, ਬਾਕੀ ਜਿਨ੍ਹਾਂ ਦੇ ਅੰਗ ਖਰਾਬ ਹੋਏ ਰਹੇ ਨਾਲ ਹੀ, ਪਰ ਖਰਾਬ ਹੋ ਗਿਆ। ਕੀ ਨਾਂ ਕੀ ਸੀ ਬੱਚੇ ਦਾ ਅਤੇ ਉਮਰ ਕਿੰਨੀ ਹੈ? ਮੇਰੇ ਬੱਚੇ ਦਾ ਨਾਮ ਮਨਦੀਪ ਸਿੰਘ ਸੀ ਅਤੇ ਉਮਰ 12.5 ਸਾਲ, ਅੱਜ 12.5 ਸਾਲ ਪੂਰੀ ਉਮਰ ਹੈ ਜਿਹਦੇ। ਕੀ ਮੰਗ ਕੀ ਕਰਦੇ ਕਿਤੇ? ਹਾਂਜੀ, ਤੁਹਾਨੂੰ ਜਾਪਦਾ ਨਹੀਂ ਕਿ ਪ੍ਰਬੰਧਕਾਂ ਦੀ ਜਿਹੜੀ ਇਹ ਲਾਪਰਵਾਹੀ ਜਿਹੜੀ ਅੱਜ ਇਹ ਨੁਕਸਾਨ ਹੋਇਆ? ਵਾਹਿਗੁਰੂ ਜੀ, ਕੀ ਕਰਾਂ ਜਲਾ ਗਏ ਮੇਰੇ ਬੋਲ ਜੀ, ਜੇ ਇੰਨਾ ਕਿਸੇ ਨੂੰ ਦਿਖਦਾ ਦਾ ਕਿ ਕੀ ਆ ਅਤੇ ਇਹਦੇ ਲਾਗੇ ਕਿਉਂ ਜਾਂਦੇ, ਇਹ ਸਾਰੇ ਅਣਜਾਣ ਹੀ ਰਹਿ ਗਏ ਕਿ ਇਹਦੇ ਵਿੱਚ ਕੀ ਆ। ਇਸ ਦੁੱਖ ਦੀ ਘੜੀ ਵਿੱਚ ਪਹੁੰਚੇ ਹਲਕਾ ਖੇਮਖਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਬਾਬਾ ਬੀਦੀ ਚੰਦ ਗੁਰਦੁਆਰਾ ਸਾਹਿਬ ਸੁਰ ਸਿੰਘ ਮੁਖੀ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨੇ ਇਸ ਵਾਪਰੀ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੂੰ ਆਤਿਸ਼ਬਾਜ਼ੀ 'ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਐਸੀ ਘਟਨਾ ਨਾ ਵਾਪਰ ਸਕੇ। ਦੁਖਦਾਈ ਘਟਨਾ ਵਾ ਜਿਹੜਾ ਅੱਜ ਸ਼ਹਿਰ ਦੀ ਘਟਨਾ ਵਾਪਰਿਆ ਵਾ, ਜਿਹਦੇ ਵਿੱਚ ਇਹ ਕੋਈ ਅਸਰਬਾਜ਼ੀ ਚਲਾਉਣ ਦੇ ਨਾਲ ਨਾਲ ਕੋਈ ਇਹੋ ਜਿਹੀ ਚੀਜ਼ ਵਿੱਚ ਜਿਹੜੀ ਕੋਈ ਚੱਲ ਗਈ ਜਿਹਦੇ ਨਾਲ ਕੋਈ ਨੁਕਸਾਨ ਹੋਇਆ, ਅਤੇ ਬਹੁਤ ਵੱਡਾ ਨੁਕਸਾਨ ਹੋਇਆ ਵਾ। ਜਿੰਨੀਆਂ ਵੀ ਨਾਲ ਸੀ ਉਹ ਕੋਈ ਫੱਟੜ ਹੋਏ ਨੇ, ਉਹਨਾਂ ਦਾ ਜਿਹੜੇ ਪਹਿਲਾ ਕਾਰਾ ਬੱਚਾ ਸੀ ਜਿਹਨਾਂ ਦੇ ਨਾਲ ਸਹਿ ਦੁੱਖ ਹੈ, ਨਾ ਸਹਿ ਜਾਣ ਵਾਲਾ ਦੁੱਖ ਹੋਇਆ। ਇਹਦੇ ਨਾਲ ਨਾਲ ਇਹਨੂੰ ਗਾਂਹ ਵਾਸਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਵੀ ਕੋਈ ਅਸਰਬਾਜ਼ੀ ਅਸਰਬਾਜ਼ੀ ਚਲਾਉਣ ਉੱਥੇ ਬੱਚੇ ਨਾਲ ਲੜੇ ਜਾਣ, ਇਹਨਾਂ ਦੇ ਕਰਕੇ ਇਹ ਸਹਿ ਪਾਉਣਾ ਮਹਾਰਾਜ ਦਾ ਬੜੀ ਇਹ ਦਰਦਨਾਕ ਘਟਨਾ ਲੱਗਦੀ ਆ, ਅਤੇ ਮਹਾਰਾਜ ਕਾਫੀ ਬਲ ਦੇਣ ਵਾਲੇ ਆ ਵਾਲੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੀ ਪਈ ਹੈ ਕਿ ਮਹਾਰਾਜ ਦਾ ਸਤਿਗਾਈ ਜਿਹੜਾ ਘਟਨਾ ਦਾ ਆਪਦੀ ਸੇਵਾ ਕਰਦੇ ਹਾਂ ਅਤੇ ਕੋਈ ਘਟਨਾ ਵਾਪਰੇ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੀ ਆ, ਜਿਹੜੇ ਸਾਰਿਆਂ ਦੇ ਸਹਿਲ ਉਹਨਾਂ ਦੇ ਵੀ ਭਜੇ ਵਾਸਤੇ ਅਰਦਾਸ ਸ੍ਰੀ ਗੁਰੂ ਮਹਾਰਾਜ, ਉਹਨਾਂ ਨੇ ਵੀ ਕੋਈ ਜੀਵਨ ਦਾਨ ਦੇਣਾ, ਪ੍ਰਸਿੱਧ ਕਰੋ। ਸਾਰੀ ਸੰਗਤ ਅਰਦਾਸ ਕਰ ਰਹੀ ਹੈ ਮਹਾਰਾਜ ਦਾ। ਸਰ, ਜਿਹੜੀ ਅੱਜ ਦੁੱਖ ਦਾ ਇੱਕ ਘਟਨਾ ਵਾਪਰੀ ਹੈ ਜੀ, ਕੀ ਹੈ ਅਤੇ ਸੰਦੇਸ਼ ਤੁਸੀਂ ਦੇਣਾ ਲੋਕਾਂ ਨੂੰ? ਬਹੁਤ ਦੁਖਦਾਇਕ ਘਟਨਾ ਵਾਪਰੀ, ਬਹੁਤ ਮੰਦਭਾਗੀ ਘਟਨਾ ਵਾਪਰੀ। ਮੇਰਾ ਖਿਆਲ ਹੈ ਕਿ ਜਿਹਨੂੰ ਵੀ ਕਿਸੇ ਨੂੰ ਪਤਾ ਲੱਗਾ ਹੈ, ਜਿਹਨੇ ਵੀ ਕਿਸੇ ਨੇ ਸੁਣਿਆ ਹੈ, ਹਰੇਕ ਨੂੰ ਇਸ ਹਾਦਸੇ ਨੇ, ਇਸ ਘਟਨਾ ਨੇ ਰੂਹ ਤੱਕ ਹਿਲਾ ਕੇ ਰੱਖ ਦਿੱਤਾ। ਔਰ ਨਿੱਕੇ ਨਿੱਕੇ ਬੱਚੇ ਨੇ, ਦੂਸਰੇ ਬੰਨੇ ਜਦੋਂ ਇਹ ਸੋਚੀਦਾ ਕਿ ਜਦੋਂ ਘਰੋਂ ਨਿਕਲੇ ਹੋਣਗੇ ਕਿਹੜੇ ਚਾਅ ਨਾਲ, ਕਿੰਨੀ ਖੁਸ਼ੀ ਨਾਲ, ਕਿਸੇ ਸ਼ਰਧਾ ਨਾਲ, ਕਿਸੇ ਉਤਸ਼ਾਹ ਦੇ ਨਾਲ ਨਗਰ ਕੀਰਤਨ ਸ਼ਾਮਿਲ ਹੋਏ ਹੋਣ, ਕਿਤੇ ਕਦੇ ਉਹਨਾਂ ਸੋਚਿਆ ਨਹੀਂ ਹੋਣਾ ਕਿ ਅੱਜ ਸਾਡੇ ਨਾਲ ਘਟਨਾ ਵਾਪਰ ਜਾਣੀ। ਅਤੇ ਕਦੇ ਵੇਖਣ ਨੂੰ ਨਹੀਂ ਲੱਗਦਾ ਕਿ ਜਿਹੜੀ ਆਤਿਸ਼ਬਾਜ਼ੀ ਹੈ ਜਿਹੜੀ ਇਹੋ ਜਿਹੇ ਜਿਹੜੇ ਸਮਾਗਮ ਜਾਂ ਨਗਰ ਕੀਰਤਨ ਵਿੱਚ ਨਹੀਂ ਚੱਲਣੀ ਚਾਹੀਦੀ? ਦੇਖੋ, ਇਹ ਕੋਈ ਦਰਾਵਾਂ ਨੇ ਨਹੀਂ ਚੱਲਣੀ ਚਾਹੀਦੀ, ਇਹਦਾ ਕੋਈ ਫਾਇਦਾ ਨਹੀਂ। ਨਗਰ ਕੀਰਤਨ 'ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਰੰਗ ਵਿੱਚ ਰੰਗ ਕੇ ਹੋਣਾ ਚਾਹੀਦਾ ਹੈ। ਉਹ 'ਚ ਹੋ ਹੱਲਾ ਨਹੀਂ ਹੋਣਾ ਚਾਹੀਦਾ, ਪਟਾਕੇਬਾਜ਼ੀ ਨਹੀਂ ਹੋਣੀ ਚਾਹੀਦੀ, ਪਰ ਹੁੰਦੀ ਰਹੀ ਹੈ। ਪਰ ਇਸ ਘਟਨਾ ਨੇ ਸਾਰਿਆਂ ਨੂੰ ਸਬਕ ਦਿੱਤਾ, ਹਰੇਕ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਸਾਨੂੰ ਇਹਨਾਂ ਜਿਹੜੀਆਂ ਅਜਿਹੇ ਜਿਹੜੀ ਆਤਿਸ਼ਬਾਜ਼ੀ ਹੁੰਦੀ ਆ ਜਾਂ ਪਟਾਕੇ ਚਲਾਉਂਦੇ ਆ, ਇਹਨੂੰ ਸਖਤੀ ਨਾਲ ਰੋਕਣਾ ਪਊਗਾ। ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀਆਂ ਜਾਨਾਂ ਗਈਆਂ ਨੇ, ਇਹਨੇ ਸਾਰਿਆਂ ਨੂੰ ਮਜਬੂਰ ਕਰ ਦਿੱਤਾ ਕਿ ਅੱਗੇ ਤੋਂ ਜਿਹੜਾ ਆ ਨਗਰ ਕੀਰਤਨਾਂ ਵਿੱਚ ਅਜਿਹੀ ਆਤਿਸ਼ਬਾਜ਼ੀ ਜਾਂ ਪਟਾਕਿਆਂ ਦੇ ਉੱਤੇ ਰੋਕ ਲੱਗਣੀ ਚਾਹੀਦੀ। ਸਰ, ਐਸੀ ਘਟਨਾ ਦੇ ਵਿੱਚ ਜਿੱਥੇ ਦੇਖਿਆ ਗਿਆ ਪ੍ਰਸ਼ਾਸਨ ਦੀ ਵੀ ਬੜੀ ਵੱਡੀ ਲਾਪਰਵਾਹੀ ਜਿਹੜੀ ਸਾਹਮਣੇ ਦੇਖਣ ਨੂੰ ਆਈ,
ਦੇਖੋ ਇਹ 'ਚ ਕੋਈ ਦਰਾਵਾਂ ਨਹੀਂ ਕੀਆਂ ਕਿ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਨਹੀਂ ਨਿਭਾਈ, ਕਿਉਂਕਿ ਪ੍ਰਸ਼ਾਸਨ ਨੇ ਨਗਰ ਕੀਰਤਨ ਦੀ ਆਗਿਆ ਦਿੱਤੀ ਹੈ ਅਤੇ ਪ੍ਰਸ਼ਾਸਨ ਨੇ ਨਗਰ ਕੀਰਤਨ ਦੇ ਚਾਹੇ ਉਹ ਭੀੜ ਆ ਚਾਹੇ ਟ੍ਰੈਫਿਕ ਆ ਉਹਨੂੰ ਕੰਟਰੋਲ ਕਰਨਾ ਸੀ ਅਤੇ ਹਰੇਕ ਗੱਲ ਦੀ ਤਾਂ ਨਜ਼ਰ ਰੱਖਣੀ ਸੀ। ਉਹ ਕਿਉਂ ਨਾ ਕਿਉਂ ਅਣਗਹਿਲੀ ਹੋ ਗਈ ਕਿ ਬੱਚੇ ਜਿਹੜੇ ਨੇ ਸ਼ਰੇਆਮ ਮੌਤ ਦਾ ਸਮਾਨ ਚੁੱਕੀ ਫਿਰਦੇ ਹੈ, ਵੱਡੇ ਵੱਡੇ ਪਟਾਕੇ ਚਲਾ ਰਹੇ ਨੇ, ਕਿਉਂ ਨਹੀਂ ਚੈੱਕ ਕੀਤਾ ਗਿਆ, ਕਿਉਂ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਗਈ? ਬੜੀ ਵੱਡੀ ਅਣਗਹਿਲੀ ਆ, ਇਹ ਜਾਂਚ ਦਾ ਵਿਸ਼ਾ ਆ ਕਿ ਕੀ ਦੀ ਜ਼ਿੰਮੇਵਾਰੀ ਬਣਦੀ ਸੀ, ਕਿਹਨਾਂ ਕਰਕੇ ਕਤਾਈ ਹੋਈ ਹੈ। ਪਰ ਮਾਪਿਆਂ ਦਾ ਦੁੱਖ ਨਹੀਂ ਵੇਖਿਆ ਜਾਂਦਾ, ਮੇਰੇ ਖਿਆਲ ਸੱਤ ਬਗਾਨੇ ਨੇ ਜਿਹੜੇ ਆ ਉਹਨਾਂ ਦੀਆਂ ਵੀ ਤਾਹਾਂ ਨਿਕਲਦੀ। ਜਿਹੜਾ ਪ੍ਰਸ਼ਾਸਨ ਨੇ ਸਹਾਇਤਾ ਕੀਤੀ ਹੈ, ਕੀ ਲੱਗਦਾ ਕਿ ਵਾਜਬ ਹੈ ਕਿ ਹੋਰ ਹੋਣੀ ਚਾਹੀਦੀ? ਦੇਖੋ ਸਰਕਾਰ ਨੇ ਐਲਾਨ ਤਾਂ ਕੀਤਾ, ਪਰ ਸਰਕਾਰ ਨੂੰ ਚਾਹੀਦਾ ਕਿ ਘੱਟੋ ਘੱਟ ਜਿਹੜਾ ਘੱਟੋ ਘੱਟ ਮੈਂ ਜ਼ਿਆਦਾ ਵੀ ਨਹੀਂ ਕਹਿੰਦਾ 10-10 ਲੱਖ ਰੁਪਈਆ ਜਿਹੜਾ ਆ ਪਰਿਵਾਰਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਔਰ ਕੈਪਟਨ ਸਾਹਿਬ ਨੇ ਸ਼ੁਰੂਆਤ ਕੀਤੀ ਹੈ, ਚੰਗੀ ਸ਼ੁਰੂਆਤ ਹੈ। ਜਿੱਥੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਉੱਥੇ ਸਰਕਾਰੀ ਨੌਕਰੀ ਦਿੰਦੇ ਆ, ਇਹਨਾਂ ਪਰਿਵਾਰਾਂ ਨੂੰ ਵੀ ਜਿਹੜੀ ਇੱਕ ਇੱਕ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ, ਭਾਵੇਂ ਕਿ ਉਹਨਾਂ ਬੱਚਿਆਂ ਦੇ ਜਾਣ ਦੇ ਨਾਲ ਪੂਰਤੀ ਕਿਸੇ ਤਰ੍ਹਾਂ ਨਹੀਂ ਹੋ ਸਕਦੀ, ਅਰਬਾਂ ਖਰਬਾਂ ਨਾਲ ਵੀ ਨਹੀਂ ਹੋ ਸਕਦੀ, ਦੁਨੀਆਂ ਦੇ ਸਾਰੇ ਪਦਾਰਥ ਦਿੱਤੀਆਂ ਨਹੀਂ ਹੋ ਸਕਦੀ, ਪਰ ਫਿਰ ਵੀ ਇੱਕ ਧਰਵਾਸ ਹੁੰਦਾ ਹੈ, ਇੱਕ ਆਸਰਾ ਹੁੰਦਾ ਹੈ, ਇੱਕ ਜ਼ਖਮਾਂ 'ਤੇ ਮਲਮ ਲੱਗਦੀ ਹੈ ਕਿ ਸਾਡੀ ਸਰਕਾਰ ਨੇ ਸਾਡੇ ਜ਼ਿੰਮੇਵਾਰਾਂ ਨੇ ਸਾਡੀ ਪਿੱਠ ਦੇ ਉੱਤੇ ਹੱਥ ਰੱਖਿਆ। ਬੜੀ ਦੁੱਖਦਾਇਕ ਘਟਨਾ ਜਿਹੜੀ ਵਾਪਰੀ ਹੈ, ਕੀ ਕਹਿੰਦੇ? ਬਹੁਤ ਹੀ ਦੁੱਖ ਵਾਲੀ ਗੱਲ ਆ ਜੋ ਇਹ ਕੱਲ੍ਹ ਹਾਦਸਾ ਹੋਇਆ ਹੈ। ਔਰ ਇਹ ਜ਼ਰੂਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਇੱਕ ਲੈ ਕੇ ਜਾ ਰਹੇ ਸੀ ਬੜੇ ਚਾਵਾਂ ਨਾਲ, ਪਰ ਇੱਕ ਮਿੰਟ ਹੀ ਜੇ ਭਾਰਾ ਵਰਤ ਗਿਆ ਤਾਂ ਕਈ ਘਰ ਸਾਡੇ ਉਹੀ ਗੱਲ ਮਿਲੀ ਜੀ ਕਿ ਇਹੋ ਜਿਹੀ ਆਤਿਸ਼ਬਾਜ਼ੀ ਕਦੇ ਵੀ ਨਹੀਂ ਲੱਗੀ ਜੇ ਬਾਪੂ ਦੱਸਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਾਡੇ ਕੋਈ ਬੱਚੇ ਇਹੋ ਜਿਹਾ ਭਾਰਾ ਨਾ ਵਰਤ। ਪੱਟੀ ਤੋਂ ਸੰਦੀਪ ਕੁਮਾਰ ਦੀ ਰਿਪੋਰਟ, ਪੰਜਾਬੀ ਟੀਵੀ।